ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਅਤੇ ਮੈਂ ਬਲਵਿੰਦਰ ਸਿੰਘ। ਜਿੱਥੇ ਅਨੰਦਪੁਰ ਸਾਹਿਬ ਦੇ ਵਿੱਚ ਹੋਲੇ ਮਹੱਲਾ ਬੜੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਅਤੇ ਅੱਜ ਹੋਲੇ ਮਹੱਲੇ ਦਾ ਆਖਰੀ ਦਿਨ ਆ। ਉੱਥੇ ਹੀ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ। ਉਹਨਾਂ ਨੇ ਕੌਮ ਦੇ ਨਾਲ ਇੱਕ ਸੰਦੇਸ਼ ਜਾਰੀ ਕੀਤਾ। ਉਹਨਾਂ ਕਿਹਾ ਹੈ ਕਿ ਸਾਰੇ ਜਥੇਬੰਦੀਆਂ ਨੂੰ ਇੱਕਮੁੱਠ ਹੋਣ ਦੀ ਲੋੜ ਹੈ ਤਾਂ ਜੋ ਸਿੱਖ ਪੰਥ ਹੋਰ ਮਜ਼ਬੂਤ ਹੋ ਸਕੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਜਿਨ੍ਹਾਂ ਦੀ ਇਹ ਪਵਿੱਤਰ ਨਗਰੀ ਸ੍ਰੀ ਅਨੰਦਪੁਰੀ ਸਾਹਿਬ, ਜਿੱਥੇ ਸਤਿਗੁਰਾਂ ਨੇ ਲੰਬਾ ਅਰਸਾ ਆਪਣੀ ਜ਼ਿੰਦਗੀ ਦਾ ਇਸ ਧਰਤੀ 'ਤੇ ਗੁਜ਼ਾਰਿਆ ਅਤੇ ਸਤਿਗੁਰ ਜੀ ਨੇ ਇਸ ਧਰਤੀ 'ਤੇ ਮਨੁੱਖਤਾ ਦੀ ਰਾਖੀ ਲਈ ਦੱਬੇ ਅਤੇ ਲਤਾੜੇ ਹੋਏ ਜਰਵਾਣਿਆਂ ਦੇ ਹੱਥੋਂ, ਜਿਹੜੇ ਜਿਨ੍ਹਾਂ ਨੂੰ ਨੀਚ ਜਾਤ 'ਤੇ ਕਿਹਾ ਜਾਂਦਾ ਸੀ, ਉਹਨਾਂ ਨੂੰ ਇੱਕ ਸਮਤਲ 'ਤੇ ਲਿਆ ਕੇ ਉਹਨਾਂ ਨੂੰ ਗੁਰਮਤਿ ਦੀ ਸੋਝੀ ਦੇ ਕੇ ਉਹਨਾਂ ਦੀ ਮਾਨਸਿਕਤਾ ਜਿਹੜੀ ਕਮਜ਼ੋਰ ਹੋ ਚੁੱਕੀ ਸੀ, ਨਿਰਬਲ ਹੋ ਚੁੱਕੀ ਸੀ, ਉਹਨੂੰ ਬਲਵਾਨ ਕੀਤਾ ਸਤਿਗੁਰੂ ਜੀ ਨੇ ਖੰਡੇ ਬਾਟੇ ਦੀ ਪੌੜ ਦੇ ਕੇ। ਜਿੱਥੇ ਸਤਿਗੁਰੂ ਜੀ ਨੇ ਇਸ ਪਵਿੱਤਰ ਧਰਤੀ 'ਤੇ ਉਸ ਵੇਲੇ ਪ੍ਰਚਲਿਤ ਇੱਕ ਰਾਜਿਆਂ ਦੀ ਰੀਤ ਸੀ ਕਿ ਨਗਾਰੇ ਉਹਨਾਂ ਦੇ ਮੋਹਰੇ ਵਜਾਏ ਜਾਂਦੇ ਸੀ, ਅਤੇ ਸਤਿਗੁਰੂ ਜੀ ਨੇ ਰੀਤ ਪ੍ਰਥਮ ਰੀਤ ਲੰਗਰ ਦੀ ਜਿਹਲੇ ਤਿਆਰੀ ਹੁੰਦੀ ਉਸ ਵੇਲੇ, ਅਤੇ ਓਂ ਵੀ ਇਹ ਰਾਜ ਸੱਤਾ ਦੀ ਪ੍ਰਾਪਤੀ ਲੈਣੀ ਕੇਵਲ ਦਾ ਕੇਵਲ ਸਤਿਗੁਰਾਂ ਨੇ ਨਗਾਰੇ ਵਜਾਉਣ ਦੀ ਇਹ ਇੱਕ ਪ੍ਰਥਾ ਜਿਹੜੀ ਇਸੇ ਧਰਤੀ ਤੋਂ ਸ਼ੁਰੂ ਕੀਤੀ। ਗੁਰੂ ਸਾਹਿਬ ਕਿਰਪਾ ਕਰਨ, ਬਖਸ਼ਿਸ਼ ਕਰਨ, ਸਮੁੱਚਾ ਖਾਲਸਾ ਪੰਥ ਅੱਜ ਇਸ ਪਵਿੱਤਰ ਦਿਹਾੜੇ ਨੂੰ, ਇਸ ਮਹਾਨ ਉਤਸਵ ਨੂੰ ਬੜਾ ਚੜ੍ਹਦੀ ਕਲਾ 'ਚ ਮਨਾ ਰਿਹਾ। ਅੱਜ ਨਹੀਂ, ਬੜੇ ਲੰਬੇ ਦਿਨਾਂ ਤੋਂ ਲੋਕ ਆਉਂਦੇ ਆ, ਨਮਸਕਾਰ ਕਰਕੇ ਚਲੇ ਜਾਂਦੇ। ਅੱਜ ਕਿਉਂਕਿ ਸੰਪੂਰਨਤਾ ਆ ਇਹਦੀ, ਅੱਜ ਹੁਣ ਅੰਮ੍ਰਿਤ ਵੇਲੇ ਸ਼੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਜਾਣਗੇ, ਉਪਰੰਤ ਕਥਾ ਕੀਰਤਨ, ਅਤੇ ਫਿਰ 12 ਵਜੇ ਠੀਕ ਅਰਦਾਸ ਸਤਿਗੁਰਾਂ ਦੇ ਚਰਨਾਂ 'ਤੇ ਤਖ਼ਤ ਸਾਹਿਬ 'ਤੇ ਕਰਕੇ, ਅਤੇ ਮਹੱਲਾ ਜਿਹੜਾ ਉਹਦੀ ਸ਼ੁਰੂਆਤ ਹੋਊਗੀ, ਜਿਹਦੀ ਸਮਾਪਤੀ ਫਿਰ ਜਾ ਕੇ ਆਪਣੇ ਨਿਹੰਗ ਸਿੰਘਾਂ ਦੀਆਂ ਸਿਰਮੌਰ ਜਥੇਬੰਦੀਆਂ ਵੱਖ ਵੱਖ ਟੋਲੀਆਂ ਦਾ ਉਹੋ ਹੀ ਪਿਛੋਕੜ ਪੁਰਾਣਾ ਉਸੇ ਦਿੱਖ 'ਤੇ ਉੱਥੇ ਜਾ ਕੇ ਮਹੱਲਾ ਖੇਡਣਗੇ, ਜਿਨ੍ਹਾਂ ਦੀ ਫਿਰ ਉੱਥੇ ਹੀ ਸਮਾਪਤੀ ਹੋਣੀ ਹੈ। ਮੈਂ ਜਿੱਥੇ ਸਮੁੱਚੀ ਸਾਰੀ ਦੇਸ਼ ਅਤੇ ਵਿਦੇਸ਼ ਦੀ ਸੰਗਤ ਨੂੰ ਬਹੁਤ ਬਹੁਤ ਵਧਾਈ ਦਿੰਦਾ, ਉੱਥੇ ਕਾਮਨਾ ਵੀ ਕਰਦਾ ਕਿ ਸਤਿਗੁਰੂ ਜੀ ਨੇ ਭੇਦਭਾਵ ਸਾਰੇ ਇਸ ਧਰਤੀ 'ਤੇ ਮਿਟਾ ਦਿੱਤੇ, ਆਪੇ ਗੁਰ ਚੇਲਾ ਪੰਜਾਂ ਨੂੰ ਆਪ ਖੰਡੇ ਬਾਟੇ ਦੀ ਪੌੜ ਬਖਸ਼ਿਸ਼ ਕੀਤੀ, ਅਤੇ ਆਪ ਵੀ ਖੰਡੇ ਬਾਟੇ ਦੀ ਪੌੜ ਛੱਕ ਕੇ ਇਹ ਜਿਹੜਾ ਗੁਰੂ ਅਤੇ ਚੇਲੇ ਵਾਲਾ ਇੱਕ ਰੀਤ ਸੀ, ਇਹ ਠੀਕ ਆ, ਸਤਿਗੁਰੂ ਜੀ 5 ਭੂਤਕ ਸਰੀਰ 'ਚ ਵਿਚਰੇ, ਪਰ ਗੁਰਸ਼ਬਦ ਦੀ ਸੋਝੀ ਪੰਜਾਂ ਨੂੰ ਦੇ ਕੇ ਸਤਿਗੁਰਾਂ ਨੇ ਆਪੇ ਗੁਰਚੇਲਾ ਦੀ ਨਵੀਂ ਪ੍ਰਥਾ ਚਲਾਈ। ਸੋ ਸਤਿਗੁਰੂ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਸਰੀ ਨੰਦੇੜ ਦੀ ਧਰਤੀ 'ਤੇ ਜਾ ਕੇ, ਪਰ ਸਤਿਗੁਰਾਂ ਨੇ ਇਸ ਧਰਤੀ ਤੋਂ ਜਦੋਂ ਇੱਥੇ ਬਹੁਤ ਵੱਡਾ 22 ਧਰ ਦੇ ਰਾਜੇ ਮੁਸਲਮਾਨ ਸਾਰੇ ਜਿਹੜੇ ਉਸ ਵੇਲੇ ਦੁਸ਼ਮਣ ਬਣਿਓ ਸੀ, ਅਤੇ ਸਤਿਗੁਰੂ ਜੀ ਨੇ 40 ਦੇ ਨਾਲ 40-40 ਲੱਖ ਨੂੰ ਲੜਾਇਆ। ਇਹੋ ਹੀ ਸਤਿਗੁਰਾਂ ਦੀ ਮਾਨਸਿਕਤਾ ਪੀੜਾ ਦੇ ਵਿੱਚ ਫਸੇ ਲੋਕਾਂ ਨੂੰ ਸੋਝੀ ਸੀ। ਸੋ ਸਤਿਗੁਰੂ ਜੀ ਨੇ ਕਿਰਪਾ ਕੀਤੀ, ਇਹ ਜਿਹੜਾ ਮਹੱਲਾ, ਇਹ ਮਹੱਲਾ ਆਤਮਕ ਬਲ ਦੇ ਨਾਲ ਨਾਲ ਸਰੀਰਕ ਬਲ ਦਾ ਵੀ ਜਿਹੜਾ ਆ ਉਹ ਸਾਨੂੰ ਇੱਕ ਦ੍ਰਿਸ਼ ਦਰਸਾਉਂਦਾ, ਅਤੇ ਸਤਿਗੁਰਾਂ ਨੇ ਇਹ ਵੀ ਆਦੇਸ਼ ਸਿੱਖਾਂ ਨੂੰ ਕੀਤਾ ਕਿ ਹੋਲੇ ਮਹੱਲੇ ਦੇ ਉੱਤੇ, ਕਿਉਂਕਿ ਬਾਕੀ ਰਸਮਾਂ ਬਾਕੀ ਧਰਮਾਂ ਨੂੰ ਮੁਬਾਰਕ ਆ,
ਪਰ ਮਹੱਲੇ ਦੇ ਰੂਪ ਦੇ ਵਿੱਚ ਗੁਰੂ ਕੇ ਸਿੱਖ ਨੇ ਇਸ ਧਰਤੀ ਦੇ ਨਤਮਸਤਕ ਵੀ ਹੋਣਾ ਅਤੇ ਉਹ ਪੁਰਾਤਨ 324 ਸਾਲਾਂ ਜਿਹੜੀ ਸਾਡੀ ਮਰਿਆਦਾ ਚੱਲੀ ਆ ਰਹੀ ਆ ਉਹਦੇ ਵਿੱਚ ਸ਼ਾਮਿਲ ਵੀ ਹੋਣਾ। ਸੋ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਦਿੰਦਾ। ਇੱਕ ਬੇਨਤੀ ਨਿਮਰਤਾ ਸਹਿਤ ਕਰਦਾ ਕਿ ਜਥੇਬੰਦਕ ਹੋਈਏ, ਕਿਉਂਕਿ ਪੁਰਾਣੇ ਜਿਹੜੇ ਸਿੰਘ ਸੀ ਉਹ ਆਤਮਕ ਬਲ ਦੇ ਏਡੇ ਧਨੀ ਸੀ ਕਿ ਜ਼ੁਲਮ ਦਾ ਟਾਕਰਾ ਆਪਣੇ ਆਤਮਕ ਅਵਸਥਾ ਦੇ ਨਾਲ ਹੀ ਕਰ ਲੈਂਦੇ ਸੀ। ਇਹ ਨਹੀਂ ਸੀ ਵੀ ਆਤਮਕ ਅਵਸਥਾ ਲੜਦੇ ਨਹੀਂ ਸੀ, ਹੱਥੀਂ ਲੜਦੇ ਸੀ। ਅਤੇ ਉਹਨਾਂ ਦੇ ਵਿੱਚ ਇੱਕ ਬੜਾ ਵੱਡਾ ਜੋਸ਼ ਸਤਿਗੁਰੂ ਜੀ ਨੇ ਜਿਹੜਾ ਭਰਿਆ ਸੀ, ਬੈਰੀ ਵੀ ਦੇਖ ਕੇ ਦੌੜ ਜਾਂਦੇ ਸੀ, ਜਿਹਦੀਆਂ ਜਿੰਦਾ ਮਿਸਾਲਾਂ ਇਸੇ ਧਰਤੀ 'ਤੇ ਆ, ਕਿਵੇਂ ਹਾਥੀ ਨੂੰ ਨਾਗਣੀ ਵਰਸੇ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ 'ਤੇ ਬਖਸ਼ਿਸ਼ ਸਦਕਾ ਕਿਲ੍ਹਾ ਲੋਹਗੜ੍ਹ ਦੇ ਵਿੱਚ ਤੋੜਿਆ। ਸੋ ਗੁਰੂ ਸਾਹਿਬ ਕਿਰਪਾ ਕਰਨ, ਅੱਜ ਵੀ ਸਾਨੂੰ ਲੋੜ ਆ ਜਥੇਬੰਦਕ ਤੌਰ 'ਤੇ ਇੱਕ ਹੋਈਏ, ਜਥੇਬੰਦਕ ਤੌਰ 'ਤੇ ਇੱਕ ਹੋਵਾਂਗੇ ਸਾਰੇ ਕੌਮ ਦੇ ਮਸਲੇ ਹੱਲ ਹੋ ਜਾਣਗੇ। ਇੰਨੀ ਬੇਨਤੀ ਕਰਕੇ ਸਾਰੀ ਕੌਮ ਨੂੰ ਫਿਰ ਦੁਬਾਰਾ ਤੋਂ ਵਧਾਈ ਦਿੰਦਾ ਅਤੇ ਕਾਮਨਾ ਵੀ ਕਰਦਾ, ਸਤਿਗੁਰ ਜੀ ਸਾਡੇ ਹਿਰਦਿਆਂ ਵਿੱਚ ਵਾਸਾ ਕਰੋ, ਗੁਰਸ਼ਬਦ ਦਾ ਉਜਾਲਾ ਸਾਡੇ ਹਿਰਦਿਆਂ ਵਿੱਚ ਕਰੋ, ਤਾਂ ਕਿ ਕਾਮ ਕ੍ਰੋਧ ਲੋਭ ਮਹੰਕਾਰ ਤੋਂ ਤਾਂ ਬਚੀਏ ਹੀ, ਈਰਖਾ ਦਵੈਸ਼ ਸਾਰੀਆਂ ਜਿਹੜੀਆਂ ਅੰਦਰ ਅਪਮਾਨ ਆ ਇਹਦੇ ਤੋਂ ਵੀ ਛੁਟਕਾਰਾ ਪਾ ਸਕੀਏ। ਨਿਡਰ ਹਾਂ, ਨਿਰਪੱਖ ਹਾਂ, ਆਜ਼ਾਦ ਹਾਂ, ਸੱਚ ਕਹਾਂ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ।